never be. ਸਵਾਗਤ ਹੈ ਜੀ, ਤੁਸੀਂ ਦੇਖ ਰਹੇ ਹੋ ਮਾਸਟਰ ਸ਼ੈਫ ਪੰਜਾਬੀ ਮਾਨ ਪੰਜਾਬ ਦਾ ਦ ਫੂਡ ਰਿਐਲਿਟੀ ਸ਼ੋਅ। ਵੈਲ, ਇਸ ਰਿਐਲਿਟੀ ਸ਼ੋਅ ਦੀ ਜਿਹੜੀ ਕੰਟੀਨਿਊਟੀ ਹੈ ਉਹ ਬਰਕਰਾਰ ਰਹੇਗੀ ਸਾਡੀ ਲਾਸਟ ਵੀਕ ਦੇ ਨਾਲ ਹੀ, ਬਿਕੋਜ਼ ਸਾਡੀਆਂ ਡਿਸ਼ਿਸ ਜਿਹੜੀਆਂ ਸੀ ਬਣ ਕੇ ਜੱਜਸ ਦੇ ਕੋਲ ਪਹੁੰਚ ਚੁੱਕੀਆਂ ਸੀ, ਅਤੇ ਹੁਣ ਮੈਂ ਇੱਕ ਵਾਰ ਫਿਰ ਲੈ ਕੇ ਜਾ ਰਹੀ ਹਾਂ ਤੁਹਾਨੂੰ ਪ੍ਰਿਤਪਾਲ ਦੇ ਕੋਲ, ਅਤੇ ਜਾਣਦੇ ਹਾਂ ਕਿ ਅੱਜ ਦੇ ਇਹ ਰਿਜ਼ਲਟਸ ਕੀ ਕਹਿੰਦੇ ਨੇ। ਕੁਆਟਰ ਫਾਈਨਲ ਦਾ ਲਾਸਟ ਐਪੀਸੋਡ ਅੱਜ ਬੁੱਕਣ ਵਾਲਾ ਹੈ, ਔਰ ਅੱਜ ਪਤਾ ਲੱਗੇਗਾ ਕਿ ਆਖਿਰਕਾਰ ਉਹ ਦੋ ਕਿਹੜੇ ਕੰਟੈਸਟੈਂਟ ਨੇ ਜੋ ਅੱਗੇ ਜਾਣਗੇ ਸੈਮੀਫਾਈਨਲਸ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਬੁਲਾਉਂਦੀ ਹਾਂ ਵੀਰੇਂਦਰ ਨੂੰ, ਜੋ ਕਿ ਵਾਈਲਡ ਕਾਰਡ ਐਂਟਰੀ ਨੇ। ਸੋ ਵੈਲਕਮ ਵੀਰੇਂਦਰ। ਵੀਰੇਂਦਰ, ਸਭ ਤੋਂ ਪਹਿਲਾਂ ਦੱਸੋ ਤੁਹਾਡੀ ਵਾਈਲਡ ਕਾਰਡ ਐਂਟਰੀ ਹੈ, ਹੁਣ ਵੀ ਤੁਹਾਨੂੰ ਡਰ ਲੱਗ ਰਿਹਾ, ਸੈਟਿਸਫਾਈਡ ਹੋ ਆਪਣੀ ਥਾਲੀ ਦੇ ਨਾਲ? ਹਾਂਜੀ ਮੈਮ, ਥੋੜ੍ਹਾ ਜਿਹਾ ਦੁਨੀਆ ਭਰ ਦਾ ਫੂਡ ਉਹਨਾਂ ਟੇਸਟ ਕੀਤਾ, ਔਰ ਤੁਸੀਂ ਸਾਊਥ ਇੰਡੀਅਨ ਸਪੈਸ਼ਲ ਬਣਾਇਆ ਸੀਗਾ ਅੱਜ, ਉਹਦੇ ਲਈ ਤੁਹਾਨੂੰ ਕੀ ਲੱਗਦਾ? ਸ਼ੈਫ ਬਾਲੀ, ਤੁਸੀਂ ਦੱਸੋ ਪਹਿਲਾਂ ਕਿ ਵਰਿੰਦਾ ਦੀ ਵਾਈਲਡ ਕਾਰਡ ਐਂਟਰੀ ਵੀ ਹੋਈ ਹੈ, ਬਹੁਤ ਐਕਸਪੈਕਟੇਸ਼ਨ ਸੀ, ਤਾਂ ਹੀ ਤੁਸੀਂ ਉਹਨਾਂ ਨੂੰ ਚੂਜ਼ ਕੀਤਾ, ਕੀ ਉਹ ਤੁਹਾਡੀ ਐਕਸਪੈਕਟੇਸ਼ਨ 'ਤੇ ਪਹੁੰਚ ਪਾਏ ਨੇ, ਜਾਂ ਫਿਰ ਅੱਜ ਦੀ ਥਾਲੀ ਦਾ ਕੀ ਟੇਸਟ ਹੈ? ਵਰਿੰਦਰ, ਮੈਂ ਕਹੂੰਗਾ ਤੁਸੀਂ ਕਾਫੀ ਮਿਹਨਤ ਕੀਤੀ ਹੈ, ਪੰਜਾਬੀ ਹੋਣ ਤੋਂ ਬਾਅਦ 'ਚ ਤੁਸੀਂ ਸਾਊਥ ਇੰਡੀਅਨ ਵੱਲ ਥੋੜ੍ਹਾ ਜਿਹਾ ਝੁਕਾਵ ਕਰਕੇ ਸਾਊਥ ਇੰਡੀਅਨ ਥਾਲੀ ਦਿੱਤੀ ਹੈ। ਜੇ ਆਪਾਂ ਆਈਟਮਸ ਦੀ ਗੱਲ ਕਰੀਏ ਤਾਂ ਆਈ ਥਿੰਕ ਥੋੜ੍ਹਾ ਜਿਹਾ ਇੱਕ ਦੋ ਕਮੀਆਂ ਨੂੰ ਛੱਡ ਕੇ ਬਾਕੀ ਮੇਰੇ ਵੱਲੋਂ ਐਵਰੇਜ ਤੋਂ ਉੱਪਰ ਆਏਗਾ। ਥੋੜ੍ਹੀ ਜਿਹੀ ਸਮਾਈਲ ਕਰਦਾ, ਐਵਰੇਜ ਲੁੱਕ ਦੇ ਦਿੱਤੀ ਗਈ ਹੈ। ਉਹ ਤੋਂ ਬਾਅਦ ਮੈਂ ਸ਼ੈਫ ਰਾਣਾ ਜੀ ਨੂੰ ਪੁੱਛਣਾ ਚਾਹਾਂਗੀ, ਜੋ ਸਾਊਥ ਇੰਡੀਅਨ ਫਲੇਵਰਸ ਖਾਣੇ ਦੇ ਵਿੱਚ ਥਾਲੀ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ, ਉਹ ਥੋੜ੍ਹੀਆਂ ਮਿਸਿੰਗ ਨੇ, ਕਿਉਂਕਿ ਕੰਪੀਟੀਸ਼ਨ ਦਾ ਲੈਵਲ ਜਿਹੜਾ ਹੈ ਇਸ ਟਾਈਮ ਕੁਆਟਰ ਫਾਈਨਲ ਚੱਲ ਰਿਹਾ ਹੈ, ਤਾਂ ਸਾਡੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਬਹੁਤ ਜ਼ਿਆਦਾ ਨੇ ਪਾਰਟੀਸਪੈਂਟਸ ਤੋਂ, ਅਤੇ ਜਿਹੜੇ ਇਹਦੇ ਵਿੱਚ ਉਹਨੇ ਮੌਲਿਕਾ ਪੁੜੀ ਜਿਹਨੂੰ ਗਨ ਪਾਊਡਰ ਕਹਿੰਦੇ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਬਿਲਕੁਲ ਹੀ ਸਪਾਈਸਿਸ ਜਿਹੜੇ ਨੇ ਉਹ ਪਾਊਡਰ ਜਿਹੜਾ ਪ੍ਰੋਪਰ ਨਹੀਂ ਬਣ ਸਕਿਆ ਜੋ ਸਾਊਥ ਇੰਡੀਅਨ ਚਾਹੀਦਾ ਸੀ। ਜੋ ਮਸਾਲਾ ਫਿਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵਿੱਚ ਵੀ ਫਲੇਵਰ ਜਿਹੜੀਆਂ ਮਿਸਿੰਗ ਨੇ। ਜੇ ਗੱਲ ਕਰੀਏ ਆਪਾਂ ਇੱਥੇ ਬਨਾਨਾ ਚਿਪਸ ਦੀ, ਜਿਹੜਾ ਕਿ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਉਹ ਨਹੀਂ ਦੇ ਪਾਏ ਨੇ, ਅਤੇ ਮੇਰੇ ਵੱਲੋਂ ਜਿਹੜੀ ਕੁੱਲ ਮਿਲਾ ਕੇ ਜੇ ਥਾਲੀ ਦੀ ਗੱਲ ਕਰੀਏ ਤਾਂ ਇਹ ਐਵਰੇਜ ਥਾਲੀ ਹੈ। ਇੱਕ ਐਵਰੇਜ ਅਤੇ ਇੱਕ ਐਵਰੇਜ ਤੋਂ ਬਹੁਤ ਉੱਤੇ ਰੋਣਾ ਆਪਾਂ ਜੋ ਅਜੇ ਲੈ ਕੇ ਨਹੀਂ ਆਉਣੇ, ਹਜੇ ਫਾਈਨਲ ਜਿਹੜਾ ਡਿਸੀਜਨ ਬਾਕੀ ਹੈ। ਫੂਡ ਐਕਸਪਰਟ ਕੀ ਕਹਿਣਗੇ, ਮਤਲਬ ਵਾਟ ਯੂ ਥਿੰਕ, ਕਿਉਂਕਿ ਇੱਕ ਨੇ ਕਹਿ ਦਿੱਤਾ ਐਵਰੇਜ, ਇੱਕ ਨੇ ਕਹਿ ਦਿੱਤਾ ਕਿ ਐਵਰੇਜ ਤੋਂ ਥੋੜ੍ਹਾ ਜਿਹਾ ਉੱਪਰ ਹੈ। ਵਾਟ ਵਹੀ ਪ੍ਰੋਬਲਮ ਹੋਤਾ ਹੈ ਸ਼ੈਫਸ ਔਰ ਫੂਡ ਰਾਈਟਰ ਮੈਂ, ਮੁਝੇ ਥਾਲੀ ਪਸੰਦ ਆਈ ਹੈ। ਚਲੋ ਜੀ, ਮੁਬਾਰਕਾ, ਆਪ ਪੂਰਨ ਪੋਲੀ ਅੱਛਾ ਬਣਾਇਆ ਹੈ। ਹਾਂ, ਨਮਕ ਕਾ ਆਪਕੋ ਧਿਆਨ ਰੱਖਣਾ ਪੜੇਗਾ, ਉਹ ਬਹੁਤ ਇੰਪੋਰਟੈਂਟ ਹੋਤਾ ਹੈ ਜਬ ਆਪ ਥਾਲੀ ਬਾਹਰ ਭੇਜੇ, ਅਤੇ ਕੋਈ ਵੀ ਖਾਣਾ ਬਣਾਏ ਉਸਮੇ ਆਪ ਨਮਕ ਪੱਕਾ ਚੱਖੇ। ਔਰ ਜਹਾਂ ਤੱਕ ਆਪਕੇ ਕਰਡ ਰਾਈਸ ਕਾ ਸਵਾਲ ਹੈ, ਹਰ ਜਗ੍ਹਾ ਕਰਡ ਰਾਈਸ ਅਲੱਗ ਅਲੱਗ ਬਣਤੀ ਹੈ, ਅਲੱਗ ਅਲੱਗ ਚਾਵਲੋਂ ਸੇ ਬਣਤੀ ਹੈ, ਔਰ ਕਰਡ ਰਾਈਸ ਕਾ ਸਵਾਦ ਆਤਾ ਹੈ ਉਸਕੇ ਚਾਵਲ ਔਰ ਦਹੀ ਸੇ, ਔਰ ਉਸਕੇ ਬਾਅਦ ਟੈਂਪਰਿੰਗ ਸੇ। ਪਰ ਮੈਂ ਸ਼ੈਫਸ ਕੋ ਕੁਛ ਨਹੀਂ ਕਹਿ ਪਾਊਂਗੀ, ਕਿਉਂਕਿ ਇਹ ਜਗ੍ਹਾ ਜਗ੍ਹਾ ਘੁੰਮ ਚੁੱਕੇ ਹੈ। ਮੇਰੇ ਹਿਸਾਬ ਸੇ ਥੋੜ੍ਹਾ ਸਾ ਬੈਟਰ ਹੋ ਕੇ ਆਪ ਸ਼ਾਇਦ ਇੱਕ ਐਸੇ ਇਕਲੌਤੇ ਇਨਸਾਨ ਨਿਕਲੇਂਗੇ ਜਿਨ੍ਹਾਂ ਸਾਊਥ ਇੰਡੀਆ ਔਰ ਮਹਾਰਾਸ਼ਟਰ ਦੋਨੋਂ ਕੋ ਪਕੜਾ ਹੈ। ਅਟੈਂਪਟ ਕੇ ਲਿਏ ਤੋ ਇਟ ਵਾਜ਼ ਅਬਵ ਐਵਰੇਜ। ਚਲੋ ਜੀ,
ਸੈਟੀਸਫਾਈ ਥੋੜਾ ਬੈਟਰ ਹੋਇਆ ਹਜੇ ਡਿਸੀਜਨ ਨਹੀਂ ਆਇਆ ਹੈ ਆਪਣਾ ਮਨ ਨਹੀਂ ਤੁਸੀਂ ਛੋਟਾ ਕਰ ਲਓ ਸੋ ਆਪਣੀ ਥਾਲੀ ਲੈ ਕੇ ਜਾ ਸਕਦੇ ਹੋ ਥੈਂਕ ਯੂ ਸੋ ਮਚ ਜੱਜਸ ਵਰਿੰਦਰ ਤੋਂ ਬਾਅਦ ਹੁਣ ਮਿਲਵਾਉਂਦੇ ਹਾਂ ਤੁਹਾਨੂੰ ਅਗਲੇ ਕੰਟੈਸਟੈਂਟ ਦੇ ਨਾਲ ਸਿਮਰਨ ਜੋ ਕਿ ਅੱਜ ਥਾਲੀ ਵਿੱਚ ਕੀ ਲੈ ਕੇ ਆਏ ਨੇ ਪਤਾ ਕਰਦੇ ਹੋ ਵੈਲਕਮ ਸਿਮਰਨ ਸਤਿ ਸ਼੍ਰੀ ਅਕਾਲ ਸੋ ਜੱਜਸ ਥਾਲੀ ਇਜ਼ ਯੋਰਸ ਅਤੇ ਸਿਮਰਨ ਥਾਲੀ ਤੁਹਾਡੀ ਪੰਜਾਬੀ ਥਾਲੀ ਹੈ ਹਾਂਜੀ ਤੁਹਾਡੀ ਸਭ ਨੇ ਤੁਹਾਨੂੰ ਕਿਹਾ ਕਿ ਵੀ ਸਿੰਪਲ ਤੁਸੀਂ ਚੀਜ਼ ਚੂਜ਼ ਕੀਤੀ ਹੈ ਸਿੰਪਲਸਿਟੀ ਨੂੰ ਵੈਸੇ ਵੀ ਕਹਿ ਸਕਦਾ ਕਿ ਬਹੁਤ ਮੁਸ਼ਕਿਲ ਹੁੰਦੀ ਹੈ ਕਿ ਪਹਿਲੇ ਤਾਂ ਸਾਦਗੀ ਹੈ ਫਿਰ ਉਹਨੂੰ ਉਹਦੇ ਕੋਲੋਂ ਅਟਰੈਕਟ ਕਰਾਉਣਾ ਥੋੜ੍ਹਾ ਜਿਹਾ ਔਖਾ ਤੁਹਾਨੂੰ ਕੀ ਲੱਗਦਾ ਇਹ ਤੋਂ ਪਹਿਲਾਂ ਵਰਿੰਦਰ ਦੀ ਥਾਲੀ ਸਾਊਥ ਇੰਡੀਅਨ ਥਾਲੀ ਸੀ ਉਹਨੂੰ ਬਹੁਤ ਸਟ੍ਰਿਕਟ ਮਾਰਕਿੰਗ ਹੈ ਤੁਹਾਨੂੰ ਪਤਾ ਲੱਗ ਗਿਆ ਹੁਣ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਥਾਲੀ ਦੇ ਲਈ ਸਾਡੇ ਜੱਜਸ ਔਰ ਸਾਡੇ ਅੱਜ ਦੇ ਖਾਸ ਮਹਿਮਾਨ ਫੂਡ ਰਾਈਟਰ ਕੀ ਕਹਿਣਗੇ ਵੈਸੇ ਵਰਿੰਦਰ ਜੀ ਸਾਊਥ ਇੰਡੀਅਨ ਸੀ ਮੈਨੂੰ ਉਹਦੇ ਬਾਰੇ ਐਡਾ ਕੁਛ ਹੈ ਨਹੀਂ ਕਿ ਮੈਂ ਕੰਪੇਅਰ ਕਰਕੇ ਦੱਸਾਂ ਬਾਕੀ ਪੰਜਾਬੀ ਸ਼ੈਫ ਵੀ ਮਤਲਬ ਮੇਰੀ ਅਵੈਲੂਏਸ਼ਨ ਜ਼ਿਆਦਾ ਥੋੜ੍ਹੀ ਸਟ੍ਰਿਕਟ ਹੋ ਸਕਦੀ ਹੈ ਤੁਸੀਂ ਇੱਕ ਵਾਰ ਦੱਸਣਾ ਚਾਹੋਗੇ ਕੀ ਤੁਹਾਡੀ ਥਾਲੀ ਦੇ ਵਿੱਚ ਖਾਸ ਪਹਿਲਾਂ ਤਾਂ ਸਨੈਕਸ ਵਿੱਚ ਮੈਂ ਟੋਟਲੀ ਹੋਲ ਵੀਟ ਸਮੋਸੇ ਰੱਖੇ ਆ ਅਤੇ ਫਿਰ ਜਿਹੜੀ ਅਸੀਂ ਪੂਰੀ ਰੋਟੀ ਤਿਆਰ ਕੀਤੀ ਹੈ ਤੜਕੇ ਵਾਲੇ ਚਾਵਲ ਅਤੇ ਲੱਛੇ ਪਰੌਂਠੇ ਉਹ ਵੀ ਮੈਂ ਵੀਟ ਦੇ ਹੀ ਕਣਕ ਦੇ ਹੀ ਰੱਖੇ ਆ ਮੈਦਾ ਨਹੀਂ ਯੂਜ਼ ਕੀਤਾ ਫਿਰ ਸ਼ਾਹੀ ਪਨੀਰ ਮਾਂਹ ਦੀ ਦਾਲ ਮੱਖਣੀ ਨਹੀਂ ਮਾਂਹ ਦੀ ਦਾਲ ਸਿੰਪਲ ਜਿਹੜੀ ਆਪਾਂ ਘਰ ਬਣਾਉਂਦੇ ਹਾਂ ਫਿਰ ਨਾਲ ਆਲੂ ਗੋਭੀ ਦੀ ਡਰਾਈ ਸਬਜ਼ੀ ਰੱਖੀ ਹੈ ਸਬਜ਼ੀਆਂ ਦਾ ਰਾਇਤਾ ਉਹ 'ਚ ਟਮਾਟਰ ਪਿਆਜ਼ ਆਲੂ ਬਰੀਕ ਬਰੀਕ ਕੱਟ ਕੇ ਪਾਏ ਆ ਨਾਲ ਹਰੀਆਂ ਮਿਰਚਾਂ ਵੀ ਫਿਰ ਹਰੀਆਂ ਮਿਰਚਾਂ ਬਰੀਕ ਬਰੀਕ ਮਤਲਬ ਮੀਡੀਅਮ ਜਾਂ ਸਪਾਈਸੀ ਫਲੇਵਰ ਆਵੇ ਅਤੇ ਸੈਲਡ ਦੀ ਪਲੇਟ ਹੈ ਅਤੇ ਨਾਲ ਪੁਦੀਨੇ ਦੀ ਚਟਨੀ ਸਰਵ ਕੀਤੀ ਆ ਅਤੇ ਜਿਹੜੇ ਸਮੋਸੇ ਆ ਉਹ ਇਮਲੀ ਦੀ ਅਤੇ ਦਹੀਂ ਵਾਲੀ ਚਟਨੀ ਜਿਹੜੀ ਹਰੀ ਹੁੰਦੀ ਆ ਉਹ ਨਾਲ ਸਰਵ ਕੀਤੇ ਆ ਓਕੇ ਚਲੋ ਅੱਜ ਸਾਡੇ ਵੈਸੇ ਖਾਸ ਮਹਿਮਾਨ ਵੀ ਆਏ ਨੇ ਫੂਡ ਰਾਈਟਰ ਬਹੁਤ ਵੱਡੇ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਐਕਸਪਰਟਸ ਦੇ ਨਾਲ ਉਹਨਾਂ ਦਾ ਉੱਠਣਾ ਬੈਠਣਾ ਔਰ ਟੇਸਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਦੇਖ ਕੇ ਪਰਖ ਲੈਂਦੇ ਆ ਟੇਸਟ ਕਰਕੇ ਸਾਨੂੰ ਸਮਝ ਆਉਂਦੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਤੁਹਾਡਾ ਪੰਜਾਬੀ ਸਿੰਪਲ ਥਾਲੀ ਕਿੱਦਾਂ ਦੀ ਲੱਗੇਗੀ ਮੈਨੂੰ ਕੋਈ ਆਈਡੀਆ ਨਹੀਂ ਮੈਂ ਕੁਝ ਨਹੀਂ ਕਹਿ ਸਕਦੀ ਚਲੋ ਸੋ ਫਿਰ ਸਟਾਰਟ ਕਰਦੇ ਸਭ ਤੋਂ ਪਹਿਲਾਂ ਸ਼ੈਫ ਰਾਣਾ ਸਿਮਰਨ ਨੂੰ ਤੁਹਾਡੇ ਤੋਂ ਬਹੁਤ ਡਰ ਲੱਗਦਾ ਉਹ ਕਹਿੰਦੇ ਕਿ ਤੁਹਾਡੀ ਜਿਹੜੀ ਮਾਰਕਿੰਗ ਆ ਸਭ ਤੋਂ ਜ਼ਿਆਦਾ ਸਟ੍ਰਿਕਟ ਹੁੰਦੀ ਹੈ ਪਹਿਲੇ ਵੀ ਮੈਂ ਕਿਹਾ ਕਿ ਜੋ ਇਸ ਟਾਈਮ ਮਾਸਟਰ ਸ਼ੈਫ ਪੰਜਾਬੀ ਦਾ ਲੈਵਲ ਹੈ ਪਲੇਟਫਾਰਮ ਹੈ ਜਿਹੜਾ ਬਹੁਤ ਹੀ ਉੱਚੇ ਮੁਕਾਮ 'ਤੇ ਪਹੁੰਚ ਚੁੱਕਿਆ ਹੈ ਕਿ ਕੁਆਟਰ ਫਾਈਨਲ ਚੱਲ ਰਿਹਾ ਹੈ ਪਰ ਜੋ ਸਿਮਰਨ ਨੇ ਥਾਲੀ ਦੇ ਰੂਪ 'ਚ ਅੱਜ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੀ ਸਿੰਪਲ ਡਿਸ਼ਿਜ਼ ਨੇ ਜਿਹੜੀਆਂ ਕਿ ਨੋਰਮਲ ਡੇਲੀ ਰੂਟੀਨ ਦੇ ਅੰਦਰ ਘਰਾਂ ਵਿੱਚ ਬਣਾਈਆਂ ਜਾਂਦੀਆਂ ਨੇ ਪੰਜਾਬ ਦੇ ਅੰਦਰ ਅਤੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹ ਨੋਰਮਲ ਚੀਜ਼ਾਂ ਉਸਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਦੇ ਵਿੱਚ ਪ੍ਰੋਪਰ ਟੇਸਟ ਨਹੀਂ ਹੈ ਕਿਉਂਕਿ ਅਸੀਂ ਬਾਏ ਹਾਰਟ ਇੱਥੇ ਰਹਿਣ ਵਾਲੇ ਹਾਂ ਪੰਜਾਬ ਦੇ ਹਾਂ ਤਾਂ ਉਹਦੇ ਕਰਕੇ ਜ਼ਿਆਦਾ ਐਕਸਪੈਕਟੇਸ਼ਨ ਵੱਧ ਜਾਂਦੀਆਂ ਨੇ ਅਤੇ ਉਹ ਜੋ ਵੀ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਆਪਾਂ ਗੱਲ ਕਰੀਏ ਪਹਿਲੀ ਸਨੈਕਸ ਤੋਂ ਸਮੋਸੇ ਦੀ ਉਹਨੇ ਆਟੇ ਦੇ ਸਮੋਸੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਲ ਵੀਟ ਪਰ ਉਹ ਹਾਲੇ ਵੀ ਜਿਹੜਾ ਮੋਨ ਜਿਹੜਾ ਉਹਨੇ ਯੂਜ਼ ਕਰਨਾ ਸੀ ਜੇ ਉਹਨੇ ਘਿਓ ਵੀ ਯੂਜ਼ ਕੀਤਾ ਜਾਂ ਡਾਲਡਾ ਯੂਜ਼ ਕੀਤਾ ਹੈ ਉਹ ਪ੍ਰੋਪਰ ਤਰੀਕੇ ਨਾਲ ਡੋ ਤਿਆਰ ਨਹੀਂ ਹੋ ਪਾਇਆ ਦੂਸਰੀ ਗੱਲ ਜੇ ਆਪਾਂ ਕਰੀਏ ਰਾਈਸ ਦੀ ਉਹ ਵੀ ਰਾਈਸ ਦੇ ਦਾਣੇ ਕਾਫੀ ਜੁੜ ਚੁੱਕੇ ਨੇ ਆਪਸ ਦੇ ਵਿੱਚ ਜੇ ਗੋਭੀ ਆਲੂ ਹੈ ਉਹ ਇੱਦਾਂ ਬਣ ਚੁੱਕੀ ਹੈ ਮਤਲਬ ਜਿਵੇਂ ਮਿਕਸ ਹੋ ਚੁੱਕੀ ਹੁੰਦੀ ਹੈ ਜ਼ਿਆਦਾ ਹੀ ਮੈਸ਼ ਹੋ ਚੁੱਕੀ ਹੈ ਅਤੇ ਉਹਦੇ ਵਿੱਚ ਸੋਲਟ ਬਹੁਤ ਜ਼ਿਆਦਾ ਹੈ ਸੋਲਟ ਨੋ ਡਾਊਟ ਉਹਦੇ ਵਿੱਚ ਦਾਲ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਸਿਰਫ ਇੱਕ ਚੀਜ਼ ਸ਼ਾਹੀ ਪਨੀਰ ਜੋ ਪੰਜਾਬੀ ਸਟਾਈਲ 'ਚ ਦੇਣ ਦੀ ਕੋਸ਼ਿਸ਼ ਕੀਤੀ ਉਹ ਥੋੜ੍ਹਾ ਜਿਹਾ ਨੋਰਮਲ ਹੈ ਐਵਰੇਜ ਹੈ ਅਤੇ ਜਿਹੜੇ ਖੀਰ ਨੇ ਉਹਦੇ ਵਿੱਚ ਚਾਵਲ ਜਿਹੜੇ ਨੇ ਉਹ ਹਾਲੇ ਵੀ ਖੜ੍ਹੇ ਨੇ ਅਤੇ ਜਿਹੜਾ ਚੀਨੀ ਹੈ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਯੂਜ਼ ਕੀਤੀ ਗਈ ਹੈ ਚਲੋ ਉਹ ਨੋਰਮਲ ਹੋ ਸਕਦਾ ਹੈ ਪਰ ਕੁੱਲ ਮਿਲਾ ਕੇ ਇਹ ਜਿਹੜੀ ਥਾਲੀ ਹੈ ਇਹ ਮੇਰੇ ਵਾਸਤੇ ਬਿਲੋ ਐਵਰੇਜ ਥਾਲੀ ਹੈ ਅੱਗੇ ਵਧਦੇ ਹਾਂ ਮਧੁਲਿਕਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਸ਼ੈਫ ਨਾਲ ਕੰਪੇਅਰ ਕਰ ਮਤਲਬ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜੋ ਕਿਹਾ ਤੁਸੀਂ ਉਹਦੇ ਨਾਲ ਹਾਂ ਵੀ ਭਰਦੇ ਹੋ ਸਿਮਰਨ ਇਸ ਲੈਵਲ 'ਤੇ ਅਗਰ ਆਪ ਇਹ ਥਾਲੀ ਲੈ ਕੇ ਆਏਗੇ ਤਾਂ ਸ਼ੱਕ ਤਾਂ ਹੋਗਾ ਹੀ ਕਿ ਆਪ ਕਿਆ ਦਿਖਾਉਣਾ ਚਾਹਤੇ ਹੈ ਸਿੰਪਲ ਹੈ ਅੱਛਾ ਬਣਾ ਸਕਦੇ ਥੇ ਔਰ ਜੈਸੇ ਸ਼ੈਫ ਰਾਣਾ ਨੇ ਕਹਾ ਥੋੜ੍ਹੀ ਪ੍ਰੋਬਲਮਸ ਹੈ ਸਭ ਮੈਂ ਖਾਸ ਕਰ ਨਮਕ ਕੀ ਔਰ ਇਸਮੇ ਜੋ ਖਸਤਾ ਹੋਣਾ ਚਾਹੀਏ ਥਾ ਵੋ ਖਸਤਾ ਨਹੀਂ ਹੈ ਸ਼ਾਇਦ ਆਪਣੇ ਇਸਮੇ ਮੋਮ ਠੀਕ ਸੇ ਨਹੀਂ ਡਾਲਾ ਹੈ ਔਰ ਇਸਕੋ ਤਲਤੇ ਵਕਤ ਆਪਣੇ ਧਿਆਨ ਨਹੀਂ ਦਿਆ ਕਿ ਆਪਣੇ ਤੇਲ ਕਾ ਟੈਂਪਰੇਚਰ ਕਿਆ ਹੈ ਕੋਈ ਇਸ਼ੂ ਨਹੀਂ ਹੈ ਕਿ ਆਪ ਇਸ ਲੈਵਲ ਪੇ ਸਿੰਪਲ ਥਾਲੀ ਲਾਏ ਪਰ ਅਗਰ ਆਪ ਐਸੀ ਥਾਲੀ ਲਾਤੇ ਹੈ ਤਾਂ ਆਪਕੋ ਸੋਚਣਾ ਪੜੇਗਾ ਕਿ ਇਸਕੋ ਇੱਕ ਲੈਵਲ ਉੱਪਰ ਕੈਸੇ ਲੈ ਕੇ ਜਾਏ ਕੋਈ ਨਾ ਸਿਮਰਨ ਜੇ ਲਾਸਟ ਸਾਡੇ ਜੱਜ ਦਾ ਵਿਊ ਕਰਨਾ ਬਾਕੀ ਹੈ ਸ਼ੈਫ ਵਾਲੀ ਤੁਸੀਂ ਕੀ ਕਹੋਗੇ ਸਿਮਰਨ ਤੁਸੀਂ ਜਿਹੜੀ ਪਹਿਲਾਂ ਦੋਨੋਂ ਰਾਊਂਡਸ ਦੇ ਵਿੱਚ ਆਈਟਮ ਬਣਾਈਆਂ ਸੀ ਦੇ ਇਜ਼ ਲਾਈਕ ਵੈਰੀ ਗੁੱਡ ਆਈਟਮ ਬਹੁਤ ਵਧੀਆ ਸੀਗੀਆਂ ਅਤੇ ਇਹਦੇ ਅੱਜ ਥੋੜ੍ਹੀ ਜਿਹੀ ਕਮੀ ਜ਼ਰੂਰ ਹੈਗੀ
नो डाउट अटैम्प्ट इन्हों का है जो घर वाला खाना होगा टिपिकल अटैम्प्ट है बट एक चीज़ की कमी जिन्होंने कहें टैक्सचर जिदा शेफ दाना ने कहा मधुर ने कहा टैक्सचर के कमी है हर चीज़ में लैके चलो राइस टैक्सचर प्रॉब्लम है खीर जो राइस है हल्का जहाँ लिखाड़ा है समोसे का ईवन जो उपरली कवरिंग है वो टैक्सचर प्रॉब्लम है सो टैक्सचर इज़ द मेन इशू मेरे वालों एवरेज था ते हुण मिलवाउने आ थर्ड कंटेस्टेंट दे नाल ते मैं वेलकम करदी हां शैली जी दा हैदराबाद थाली आ जो प्रेजेंट कर रहे ने आंध्रा दा फूड देखदे आ जजस नूं उहनां दा फूड किस तरह दा लगदा है शैली जी थोड़ी थाली थर्ड नंबर ते पहली दो थाली है तुहानूं पता लगा कि स्ट्रिक्ट मार्किंग बहुत ज़्यादा है हाँ जी, ना तुहानूं बार बार पूरे शो दे विच क्या जा रहा सीगा कि प्रेजेंटेशन ही नहीं होर बहुत सारी चीज़ों पर ध्यान देना चाहिदा है कंटेस्टेंट नूं ते थोड़ी थाली च की खास है मैनूं इहदे च मैम डबल का मीठा लग रहा है कि शायद अच्छा नाम ही वैसे तां डबल दा मीठा ते आई थिंक ओह कमाल कर ही देगा है कि डबल दा मीठा ए मैम उत्थे दी हैदराबाद दी स्पेशल डेजर्ट है अलम चटनी मतलब लोग बहुत ही ज्यादा शौक नाल अलम चटनी जिंजर जिंजर नूं उत्थे अलम कहिंदे हां जी ते वेखदे आ हुण जजेस दा की कहणा तुहाडी आंध्रा तुहाडे हैदराबाद हां जी हां जी सब तो पहला मैं पूरे स्पोर्ट ने पूछदी आ उन्होंने तारीफ तां कर दित्ती है तुहानूं किदां दी लगी तो हम जब फूड राइटिंग के लिए बाहर जाते हैं और हम पूछते हैं कि आप अपने स्टेट से अलावा कौन सा खाना बना सकते हैं मुझे अक्सर सुनने को मिलता था चाइनीज यहाँ आके मेरा नज़रिया ही बदल गया कि कोई पंजाब में रह के एक हफ्ता जाता है हैदराबाद और ये थाली बना के लाता है थैंक यू मैम उस हिसाब से मेरे लिए तो ये बहुत अच्छी थाली है हाँ आपका कर्ड का इस्तेमाल थोड़ी जगहों पे कम पड़ गया है निज़ामी थाली उसके खटास की वजह से जानी जाती है उसके अलावा मेरे हिसाब से तो अब तक की ज़्यादा पसंद मुझको जो डिशेज़ आई है वो यही थाली है बाकी शेफ राणा और बाली बताएंगे अच्छा कोई गल नहीं अजी बहुत उसके अलावा तो बात फिर भी पसंद आ गई है खैर मनाओ तुसी इस गल दी चलो शेफ बाली तुसी दसो कि तुसी एग्री करदे हो शैली जी बिल्कुल मैं एग्री करूंगा मधुलिका दे नाल स्पेशली मैनू टोमेटो पापू जेड़ा ने बहुत पसंद आया बगारे बैंगन दे विच बिल्कुल वधिया टेस्ट आ रहा है रैदर से लेके चलो पोंगल भी बहुत वधिया है तो मेरे लिए अबव एवरेज थाली है टेस्ट इज़ ऑलसो वेरी गुड इन लॉट ऑफ थिंग्स हाँ थोड़ी कमियाँ जरूर है जिदा मधुलिका ने सानू दस्सिया भी उस कमियाँ कवर अप हो सकती मधुलिका ते शेफ बाली ने मतलब बहुत वधिया व्यूज दिते ने अपने जे आपां गल करिए कुनगलू कुनगलू बहुत ही वधिया सॉफ्ट बने हुए ने ते जिहड़ी चटनी आपां करिए दोनों चटनीज की गल करिए चटनीज बहुत ही वधिया तरीके नाल ने फ्लेवर्स बहुत वधिया आ रही ने जिहड़े स्पाइसिज यूज किए हुए ने बहुत ही प्रॉपर तरीके नाल किए हुए ने ते कुल मिला के जिहड़ी ये थाली है ये अबव एवरेज थाली है थैंक यू शेफ थैंक यू जजेस ते मैनूं लगदा है कि तुहानूं पुछण दी जरूरत नहीं तुहाडे चेहरे दी वड्डी जी मुस्कुराहट दस रही है दैट यू आर हैप्पी हां जी ते हुण मिलवाउने आ अज दे चौथे ते लास्ट कंटेस्टेंट दे नाल ते मैं वेलकम करदी आ नैनी जी आ जाओ बड़ी शानदार चमकदी गोल्डन थाली लेके आए ने शैली जी थोड़ी ये टेम्पटिंग मैं वर्ड यूज करना चाहती हूँ बिकॉज ये तो बहुत ही वैरायटी है किन्नी फूड पे ने किन्नी वैरायटीज आए दसो पहले 17 एच में ऐड कीते कंपोनेंट 17 ਤੁਸੀਂ ਇਹਦੇ ਵਿੱਚ ਕੀਤੇ ਨੇ ਕੀ ਬਾਤ ਹੈ ਤੁਸੀਂ ਮੈਨੂੰ 17 ਵਿੱਚ ਜਰਾ ਨਾਮ ਦੱਸੋ ਕਿੱਦਾਂ ਕਿੱਦਾਂ ਦੇ ਕਿਉਂਕਿ ਡਿਫਰੈਂਟ ਨਾਮ ਹੋਣਗੇ ਮੈਨੂੰ ਲੱਗਦਾ ਸਾਰੇ ਸਭ ਤੋਂ ਪਹਿਲਾਂ ਨਾਮ ਡਿਫਰੈਂਟ ਹੈ ਇੱਕ ਹੈ ਅਨਿਤਾ ਖਾਰ ਉਹ ਲੋਕ ਪਾਇਆ ਨਾਲ ਬਣਾਇਆ ਜਾਂਦਾ ਹੈ ਓਕੇ ਉਸ ਤੋਂ ਬਾਅਦ ਹੈ ਚਿਕਨ ਕਰੀ ਹੈ ਉਹ ਹੈ ਬੈਂਬੂ ਸ਼ੂਟਸ ਤੇ ਉਸ ਤੋਂ ਬਾਅਦ ਹੈ ਉਹ ਫਿਸ਼ ਕੜੀ ਹੈ
जी। एक है पंच पूरन तरकारी, मिक्स वेजिटेबल है, दाल है उतों की ट्रेडिशनली जी बनाई जाती मसूर की। ओके, रॉ बनाना के कटलेट्स हैं ते अमलतास फ्लावर के फ्रिटर्स बनाए हैं। 56 भोग मैंने कैसे दे, 17 भोग मजूम कैसे दे, तुहानू सब तो फेवरेट की लगता है, यूएसपी की है थोड़ी खाने? मैम यदि मेरी यूएसपी ये यह है कि मैं उतों के जोड़े ओरिजिनल फ्लेवर्स हैं उन्होंने इंटैक्ट करने की कोशिश की, मैं वो कुछ फ्यूजन नहीं किया, अपने वालों कुछ ऐड ऑन नहीं किया। ਤੁਹਾਨੂੰ ਲੱਗਦਾ ਕਿ ਤੁਹਾਡੀ ਥਾਲੀ, ਕਿਉਂਕਿ ਪਹਿਲਾਂ ਤੁਸੀਂ ਤਿੰਨ ਜਿਹੜੇ ਸੁਣ ਚੁੱਕੇ ਹੋ ਕਿਸ ਤਰ੍ਹਾਂ ਦੇ ਮਾਰਕਸ ਮਿਲੇ, ਤੁਹਾਡੇ ਕੀ ਲੱਗਦਾ ਕਿ ਤੁਹਾਡੀ ਥਾਲੀ? ਸਾਰਿਆਂ ਨੇ ਆਪਣੇ ਵੱਲੋਂ ਆਪਣਾ ਬੈਸਟ ਦਿੱਤਾ ਅਤੇ ਇਹ ਤਾਂ ਹੁਣ ਜੱਜਿਸ 'ਤੇ ਹੈ ਕਿ ਕਿਹਦੀ ਮਤਲਬ ਟੇਸਟ, ਟੈਕਸਚਰ, ਔਥੈਂਟਿਸਿਟੀ, ਉਹਨਾਂ ਨੂੰ ਕੀ ਪਸੰਦ ਆਉਂਦਾ, ਉਹ ਕੀ ਚੂਜ਼ ਕਰਦੇ ਆ। ਅਸੀਂ ਇਸ ਪਲੇਟਫਾਰਮ 'ਤੇ ਆ ਕੇ ਇੰਨਾ ਕੁਛ ਸਿੱਖਿਆ, ਬੀਂਗ ਅ ਹੋਮ ਸ਼ੈਫ ਮੈਂ ਕਦੀ ਘਰੋਂ ਬਾਹਰ ਨਹੀਂ ਨਿਕਲੀ ਅਤੇ ਇੱਥੇ ਆ ਕੇ ਮੈਨੂੰ ਇੰਨਾ ਕੁਛ ਸਿੱਖਣ ਲਈ ਮਿਲਿਆ, ਈਵਨ ਆਪਣੀ ਇੰਡੀਅਨ ਕੁਜ਼ੀਨ ਬਾਰੇ ਵੀ, ਤਾਂ ਮੇਰੇ ਲਈ ਤਾਂ ਇੱਕ ਲਰਨਿੰਗ ਪ੍ਰੋਸੈਸ ਹੈ ਅਤੇ ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਸਕਦੀ ਕਿਉਂਕਿ ਮੇਰੇ ਤੋਂ ਜ਼ਿਆਦਾ ਬਹੁਤ ਜ਼ਿਆਦਾ ਟੈਲੈਂਟਡ ਲੋਕ ਹੈ ਇੱਥੇ, ਇੱਥੇ ਤੱਕ ਆਉਣਾ ਹੀ ਮੇਰੇ ਲਈ ਬਹੁਤ ਬੜੀ ਗੱਲ ਹੈ। ਬਹੁਤ ਵਧੀਆ ਗੱਲ ਕੀਤੀ। ਜੱਜਿਸ ਦਾ ਸ਼ੁਰੂ ਕਰੀਏ ਆਪਾਂ। ਮੈਨੂੰ ਤੁਹਾਡੇ ਚਿਹਰੇ ਦੀ ਜਿਹੜੇ ਐਕਸਪ੍ਰੈਸ਼ਨ ਆ ਮੈਨੂੰ ਲੱਗ ਰਿਹਾ ਕਿ ਗੱਲ ਸ਼ਾਇਦ ਬਣ ਜਾਏਗੀ, ਬਾਕੀ ਆਈ ਨੈਵਰ ਨੋ। ਚਲੋ ਸਭ ਤੋਂ ਪਹਿਲਾਂ ਸ਼ੈਫ ਰਾਣਾ ਨੂੰ ਪੁੱਛਦੇ ਹਾਂ। ਸ਼ੈਫ ਰਾਣਾ, ਨੈਨੀ ਜੀ ਨੇ ਬਹੁਤ ਵਧੀਆ ਟਰਾਈ ਕੀਤੀ ਹੈ, ਪੂਰੀ ਥਾਲੀ ਦੇ ਵਿੱਚ ਜੋ ਵੀ ਕੰਪੋਨੈਂਟਸ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਕਾਫੀ ਸਾਰੇ ਕੰਪੋਨੈਂਟਸ ਕਾਫੀ ਬੈਲੈਂਸ ਨੇ ਅਤੇ ਉਹ ਬੈਲੈਂਸ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਫਰੀਟਰਸ ਦੀ, ਜਿਹੜੇ ਉਹਨਾਂ ਨੇ ਅਮਲਤਾਸ ਫਲਾਵਰ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਹੀ ਜ਼ਿਆਦਾ ਵਧੀਆ ਨੇ। ਜੇ ਉਹਨਾਂ ਨੇ ਜੋ ਇਹਨੂੰ ਜ਼ਿਆਦਾ ਕ੍ਰਿਸਪੀਨੈਸ ਜੋ ਦੇਣ ਦੀ ਕੋਸ਼ਿਸ਼ ਕੀਤੀ, ਬਿਲਕੁਲ ਸਹੀ ਆ ਰਿਹਾ, ਉਹਦਾ ਟੈਕਸਚਰ ਵੀ ਬਹੁਤ ਵਧੀਆ ਹੈ ਅਤੇ ਟੇਸਟ ਵੀ ਵਧੀਆ ਹੈ। ਬਾਕੀ ਆਪਾਂ ਪੂਰੀ ਥਾਲੀ ਦੀ ਗੱਲ ਕਰੀਏ ਤਾਂ ਜਿੰਨੇ ਵੀ ਡਿਸ਼ਿਜ਼ ਇਹਨਾਂ ਨੇ ਸਰਵ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਫਿਸ਼ ਹੈ ਚਾਹੇ ਉਹ ਚਿਕਨ ਹੈ, ਵਿੱਚ ਕੁੱਲ ਮਿਲਾ ਕੇ ਜ਼ਿਆਦਾ ਡਿਸ਼ਿਜ਼ ਨੇ ਜਿਹੜੀਆਂ ਉਹ ਬਹੁਤ ਹੀ ਬੈਲੈਂਸ ਨੇ। ਸਟਿੱਕੀ ਰਾਈਸ ਜੋ ਗੁੜ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਡੈਜ਼ਰਟ ਉਹ ਵੀ ਬਹੁਤ ਹੀ ਵਧੀਆ, ਇਸ ਪੂਰੀ ਥਾਲੀ ਨੂੰ ਇੱਕ ਚਾਰ ਚੰਨ ਲਾ ਰਹੀ ਹੈ ਅਤੇ ਮੇਰੇ ਵੱਲੋਂ ਇਹ ਥਾਲੀ ਅਬਵ ਐਵਰੇਜ ਹੈ ਤਾਂ ਬਹੁਤ ਵਧੀਆ। ਕੀ ਬਾਤ ਹੈ, ਚਾਰ ਚੰਨ ਵਰਗੀ ਤੁਹਾਨੂੰ ਕੰਪਲੀਮੈਂਟਸ ਮਿਲ ਗਿਆ, ਹੋਰ ਕੀ ਚਾਹੀਦਾ? ਅੱਗੇ ਵਧਦੇ ਹਾਂ ਅਤੇ ਪੁੱਛਦੇ ਹਾਂ ਫੂਡ ਰਾਈਟਰ। ਪਹਿਲੇ ਤਾਂ ਥੈਂਕ ਯੂ ਕਿ ਆਪਣੇ ਮੇਰੀ ਇੱਕ ਪਸੰਦੀਦਾ ਜਗ੍ਹਾ 'ਤੇ ਖਾਣਾ ਬਣਾਇਆ। ਓਵਰਆਲ ਬਹੁਤ ਅੱਛਾ ਆਈਟਮ ਥਾ, ਮਤਲਬ ਅੱਛੇ ਸੇ ਥੋੜ੍ਹਾ ਜ਼ਿਆਦਾ ਥਾ। ਕੀ ਬਾਤ ਹੈ, ਔਰ ਅਗਰ ਆਪ ਇਸ ਤਰ੍ਹਾਂ ਸੇ ਪੰਜ ਫੋਰਨ ਬਣਾ ਸਕਤੀ ਹੈ ਤੋ ਆਪ ਬਾਕੀ ਸਟੇਟ ਕੋ ਵੀ ਟਰਾਈ ਕਰ ਸਕਤੇ ਹੈ, ਬੰਗਾਲ ਓਡੀਸ਼ਾ ਕੋ ਵੀ ਚਾਂਸ ਦੇ ਦੀਜੀਏ ਇੱਕ ਵਾਰ। ਪਰ ਮੇਰੇ ਹਿਸਾਬ ਸੇ ਓਵਰਆਲ ਥਾਲੀ ਬਹੁਤ ਅੱਛੀ ਬਣੀ ਹੈ, ਸਟਿੱਕੀ ਰਾਈਸ ਬਹੁਤ ਅੱਛਾ ਬਣਾ ਹੈ, ਔਰ ਹਮ ਨਾਰੀਅਲ ਡਾਲਤੇ ਹੈ, ਆਪਣੇ ਐਲਮੰਡਸ ਡਾਲਦੀ ਹੈ, ਪਰ ਕੋਈ ਨਹੀਂ ਇਸ ਤਰ੍ਹਾਂ ਅਗਰ ਮੇਰੇ ਕੋ ਕਿਸੇ ਸੇ ਖਾਣਾ ਖਾਣਾ ਹੋ ਆ ਕੇ, ਇਤਨੀ ਬੜੀ ਥਾਲੀ ਮੈਨੇ ਪਹਿਲੀ ਵਾਰ ਖਾਈ ਹੈ ਔਰ ਮੁਝੇ ਕਾਫੀ ਪਸੰਦ ਆਈ ਹੈ। ਕਿਆ ਬਾਤ ਹੈ, ਦੋ ਜੱਜਸ ਨੂੰ ਤੁਹਾਡੀ ਜਿਹੜੀ ਥਾਲੀ ਹੈ ਉਹ ਪਸੰਦ ਆਈ ਹੈ, ਅਬਵ ਐਵਰੇਜ ਉਹਨਾਂ ਨੇ ਕਿਹਾ ਹੈ, ਅਤੇ ਹੁਣ ਪੁੱਛ ਲੈਂਦੇ ਹਾਂ ਸ਼ੈਫ ਬਾਲੀ। ਮੈਂ ਦੋਨਾਂ ਨੂੰ ਐਗਰੀ ਕਰਨਾ ਚਾਹੂੰਗਾ, ਬਿਕੋਜ਼ ਥਾਲੀ 'ਚ ਗੁੱਡ ਪੁਆਇੰਟਸ ਵੀ ਹੈ, ਬੈਡ ਪੁਆਇੰਟਸ ਵੀ ਹੈ, ਰਾਈਟ? ਗੁੱਡ ਪੁਆਇੰਟਸ ਇਹਨਾਂ ਨੇ ਆਲਰੇਡੀ ਤੁਹਾਨੂੰ ਦੱਸ ਦਿੱਤੇ ਨੇ। ਬੈਡ ਦੇ ਵਿੱਚ ਮੈਂ ਕਹਿਣਾ ਚਾਹੂੰਗਾ, ਸਟਿੱਕੀ ਰਾਈਸ ਮੈਨੂੰ ਥੋੜ੍ਹਾ ਜਿਹਾ ਤੁਹਾਡਾ ਚਾਵਲ ਹੈ ਖੜਾ, ਇਟਸ ਅ ਲਿਟਲ ਹਾਰਡ, ਥੋੜ੍ਹਾ ਜਿਹਾ ਹੋਰ ਪੱਕ ਜਾਂਦਾ, ਰਾਦਰ 5-7 ਮਿੰਟ ਹੋਰ ਕਰ ਲੈਂਦੇ ਤਾਂ ਵੁੱਡ ਹੈਵ ਬੀਨ ਬੈਟਰ। ਅਦਰਵਾਈਜ਼ ਇਟ ਇਜ਼ ਅ ਵੈਰੀ ਗੁੱਡ ਅਟੈਂਪਟ ਕਿ ਤੁਸੀਂ ਇੰਨੀ ਸਾਰੀ ਆਈਟਮ ਸੇਮ ਟਾਈਮ 'ਚ ਬਣਾਈ ਹੈ, ਜਿਹਦੇ ਵਿੱਚ ਕਈ ਕੰਟੈਸਟੈਂਟ ਨੇ 4-5 ਆਈਟਮ ਬਣਾਈ, ਤੁਸੀਂ 17 ਆਈਟਮਸ ਬਣਾਈ ਹੈ, ਦੈਟਸ ਰਿਮਾਰਕੇਬਲ, ਵੈਰੀ ਗੁੱਡ ਅਟੈਂਪਟ। ਥੈਂਕ ਯੂ ਜੱਜਸ, ਅਤੇ ਥੈਂਕ ਯੂ ਤੁਹਾਡਾ, ਤੁਹਾਨੂੰ ਤਾਂ ਬੜੇ ਸੋਹਣੇ ਕੰਪਲੀਮੈਂਟਸ ਵੀ ਮਿਲੇ ਆ। ਮੈਂ ਤੁਹਾਨੂੰ ਵੀ ਨਹੀਂ ਪੁੱਛਣਾ, ਦੱਸਤਾ ਤੁਹਾਡੇ ਐਕਸਪ੍ਰੈਸ਼ਨ, ਤੁਹਾਡੇ ਫੇਸ਼ੀਅਲ ਐਕਸਪ੍ਰੈਸ਼ਨ ਦੇ ਕਿ ਦੈਟ ਯੂ ਆਰ ਹੈਪੀ। ਹੁਣ ਵੇਟ ਕਰਦੇ ਆ ਜੱਜਮੈਂਟ ਦਾ ਕਿ ਆਖਿਰਕਾਰ ਫਾਈਨਲ ਜੱਜਮੈਂਟ ਕੀ ਆਉਂਦੀ ਹੈ। ਜੱਜਮੈਂਟ ਤਿਆਰ ਹੋ ਚੁੱਕੀ ਹੈ ਅਤੇ ਪਤਾ ਕਰਦੇ ਹਾਂ ਕਿ ਕੌਣ ਦੋ ਕੰਟੈਸਟੈਂਟ ਸਾਡੇ ਨਾਲ ਅਗਲੇ ਰਾਊਂਡ ਵਿੱਚ ਜਾਣਗੇ ਅਤੇ ਕਿਹੜੇ ਦੋ ਕੰਟੈਸਟੈਂਟ ਹੋਣਗੇ ਜੋ ਵਾਪਸ ਆਪਣੇ ਘਰ ਨੂੰ ਮੁੜ ਜਾਣਗੇ। ਲੇਕਿਨ ਉਹ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਚਾਰੋਂ ਕੰਟੈਸਟੈਂਟ ਨੂੰ ਅਸੀਂ ਬੁਲਾ ਲਈਏ ਜੱਜਮੈਂਟ ਰੂਮ ਦੇ ਵਿੱਚ। ਸੋ ਵਿਰੇਂਦਰ, ਸਿਮਰਨ, ਸ਼ੈਲੀ ਅਤੇ ਨੈਨੀ ਜੀ, ਮੈਂ ਚਾਹੁੰਦੀ ਹਾਂ ਕਿ ਚਾਰੋਂ ਆ ਜਾਣ। ਸੋ ਜੱਜਸ, ਤੁਸੀਂ ਤਿਆਰ ਹੋ ਅਤੇ ਤੁਸੀਂ ਰੈਡੀ ਹੋ? ਹਾਂਜੀ। ਨਰਵਸ ਹੈਗੀ ਹੈ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਹੈਗੀ? ਚਲੋ ਸ਼ੁਕਰ ਹੈ ਕਿ ਨਰਵਸਨੈਸ ਵਿੱਚ ਐਟਲੀਸਟ ਸਮਾਈਲ ਤਾਂ ਹੈਗੀ ਚਿਹਰੇ 'ਤੇ। ਸੋ ਜੱਜਸ, ਤੁਹਾਡੇ ਵਰਡਸ ਦੇ ਲਈ, ਤੁਹਾਡੇ ਫੈਸਲੇ ਲਈ ਕੰਟੈਸਟੈਂਟ ਨਹੀਂ, ਮੈਂ ਵੀ ਔਰ ਸਾਡੀ ਜਿਹੜੀ ਆਡੀਅੰਸ ਉਹ ਵੀ ਵੇਟ ਕਰ ਰਹੀ ਹੈ। ਸੋ ਤੁਸੀਂ ਪਲੀਜ਼, ਤੁਹਾਨੂੰ ਰਿਕੁਐਸਟ ਹੈ ਹੋਰ ਟਾਈਮ ਨਾ ਲੈ ਕੇ ਸਾਨੂੰ ਦੱਸੋ ਕਿ ਕਿਹੜੇ ਦੋ ਕੰਟੈਸਟੈਂਟ ਨੇ ਜੋ ਸਾਡੇ ਅੱਗੇ ਰਾਊਂਡ ਵਿੱਚ ਸਾਡੇ ਨਾਲ ਚੱਲੇ ਨੇ। ਦੇਖੋ, ਅਸੀਂ ਚਾਹੁੰਦੇ ਹਾਂ ਕਿ ਇਹਦੀ ਇੰਟਰੋਡਕਸ਼ਨ ਜਿਹੜੀ ਥਾਲੀ ਦੀ ਉਹ ਮਧੁਲਿਕਾ ਦੇਵੇ, ਸਿੰਸ ਉਹ ਟਰੈਵਲ ਕਰਦੀ ਰਹਿੰਦੀ ਹੈ, ਰਾਈਟਅਪਸ ਕਰਦੀ ਹੈ ਆਲ ਓਵਰ ਇੰਡੀਆ ਦੇ ਵਿੱਚ, ਅਤੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇਵੇਗੀ ਥਾਲੀ ਬਾਰੇ। ਇਹ ਕੰਪਟੀਸ਼ਨ ਆਪ ਲੋਕੋ ਕੇ ਲਈ ਟਫ ਤਭੀ ਕਰ ਦਿਆ ਗਿਆ ਥਾ ਜਬ ਬੋਲਾ ਗਿਆ ਥਾ ਆਪਕੋ ਥਾਲੀ ਲਾਨੇ ਕੇ ਲਈ। ਥਾਲੀ ਇੱਕ ਐਸੀ ਚੀਜ਼ ਹੈ ਜੋ ਭਾਰਤ ਨੇ ਦੁਨੀਆ ਕੋ ਦਿਆ ਥਾ ਬੈਲੈਂਸ ਡਾਇਟ ਕੇ ਲਈ।
हर स्वाद का खाना एक थाली में मिलता है आपको, नमकीन भी मिलेगा आपको, मीठा भी मिलेगा, बिटर भी मिलेगा। हर स्टेट की थाली ऐसी है वो अपने आप पचती है, और उस स्टेट के में रहने वाले लोगों के लिए वो सबसे अच्छा खाना माना जाता है। किसी डाइटिशियन की ज़रूरत नहीं, और हर कोई आराम से वो थाली खा सकता है। तो पहले तो मैं आपका तहे दिल से शुक्रिया करना चाहती हूँ कि आप लोगों ने थाली बनाई, और इतने तरह की थाली बनाई कि इन लोगों को मुझे बुलाना पड़ा। तो मेरे लिए तो आप विनर्स ऐसे भी हैं। आपसे सीखना चाहिए काफ़ी शेफ्स को जो थाली नहीं बना पाते हैं बहुत लेवल पे, या फिर एक अपने ही स्टेट तक सीमित रह गए हैं। तो पहले तो धन्यवाद आप यहाँ आए। इन जनाब ने तो पूरनपोली किसी किसी महाराष्ट्र से भी अच्छा बनाया है। तो मेरे पास तो अभी फ़िलहाल है नहीं कि कौन जीता कौन नहीं जीता, पर कॉम्पिटिशन है तो टेक्निकलिटीज़ पर हम एक विनर डिसाइड करते हैं। बाकी विनर्स तो हमारे शेफ बताएंगे जो ये काम मुझसे अच्छा करते हैं। बिल्कुल, जिमें कि मधुलिका ने दसिया कि जिहड़ी थाली एक संपूर्ण आहार हुंदी अपने आप विच, ते 5000 साल पहला भी आयुर्वेदा विच एक थाली दा जदों कॉन्सैप्ट होया, ते बाकी शो दा दस्तूर है कि अगे भी असीं लैके जाना है, ते कईआं नूं सफ़र छड्डना पैणा है, ते पर उहनां वास्ते चंगी गल इह हुंदी है कि काफ़ी सारियां जिहड़ियां उहनां नूं टिप्स मिलदियां ने उह अगे जा के उहनां नूं इंप्लीमेंट कर सकदे ने, ते अपने जिहड़े स्किल्स ने उहनां नूं होर इंप्रूव कर सकदे ने। ते सारियां ने असीं जो रल मिल के फैसला लिया है, सब तो पहला तो जिहड़े सैमीफाइनल की दौड़ दे विच आंदे ने उह ने जी नैनी जी। नैनी जी कंग्रेचुलेशन तुहानूं, ते इस पूरे क्वार्टर फाइनल्स दे विच जिन्हें जिन्हें दूसरी स्टेट्स ट्राइज कीतियां सीगियां पंजाब तो अलावा वो हमेशा बाहर गए, पर आज जो देखने को मिला कि काफ़ी रिसर्च जिहड़ी तुहाडी 15 दिनों दी सी, वो मेहनत सदका तुसी क्वार्टर दे सैमीफाइनल दे विच जा रहे हो, ते दूसरे जिहड़े पार्टीसिपेंट्स ने वो भी दूसरी स्टेट का खाना बनाया उन्होंने, ते जिवें काफ़ी तारीफ की मधुलिका जी ने, उन्होंने हैदराबादी थाली दे बनाउण वाले साडे शैली सिंगला जी जिन्हां ने बहुत वधिया थाली बनाई, ते तुसीं भी सैमीफाइनल च जांदे हो। ते दो पार्टीसिपेंट जिहड़े साडे अज साडा सफ़र छड्ड के जाणगे, पर तुसीं इत्थे दा सफ़र छड्ड रहे हो, तुसीं बहुत मेहनत कर रहे हो, जिहड़ी लर्निंग है लाइफ च कदी खत्म नहीं हुंदी है, ते तुहानूं सिखदे रहना है, ते तुसीं लाइफ च बहुत ग्रो करो। साडियां शुभकामनावां तुहाडे नाल ने। DD पंजाबी ते मास्टर शेफ पंजाबी वल्लों असीं तुहाडा बहुत तहे दिलों शुक्रगुजार हाँ कि तुसीं इस लैवल तक पहुँचा के इस शो की शान वधाई। थैंक यू। जिदा मेरे दोनों कलीग्स ने कहा, एवरीबडी इज़ अ विनर। सिमरन, पर्सनली आई एम वेरी इंप्रेस, तुम हल तक जिनी प्रेजेंटेशन लेके आए हो बहुत ही वधिया। अज थोड़ी जी कितने कमी रहेगी, बहुत ज़्यादा कमी नहीं सी। दैट डजन मीन कि तुहाडा खाना वधिया नहीं है, तुहाडी अटैम्प्ट वधिया नहीं है, बट स्टिल किसी ने किसी ने सानू चूज़ करना सी जिहड़ा बैटर सी। बहुत सारे पैरामीटर्स होंगे साडे कोल, बिकॉज फाइनल असी एक जिहड़ा चूज़ करना मास्टर शेफ पंजाबी वो आइडियल होना चाहिए ऑल ओवर सारे का, जिन्होंने लोग फॉलो करन कि ये बहुत वधिया प्रेजेंटेशन, तो इन्हां दी बहुत वधिया स्किल्स है। सो आई विश यू ऑल द बेस्ट फॉर नैक्सट टाइम। कभी भी होंगे कोई भी कॉम्पीटिशन का जरूर पार्ट लो, तो डेफिनेटली विनर रहोगे, मेरे वालों अज भी विनर हो। एंड वरिंदर, थैंक यू सो मच, तुम भी बहुत वधिया अटैम्प्ट किया अपने पंजाबी को छड़ के, तुम यू वेंट डाउन साउथ, जिदा मधुलिका ने कहा भी उन्होंने मिक्स करते दो रीजन, स्टिल पूरनपोली वॉज वेरी गुड, बहुत वधिया सी, तीन चार चीज़ा तो काफ़ी बाकी काफ़ी वधिया सी, बट फिर उही गल हुंदी है भी जिते पासा थोड़ा भारा हो गए ये तो उत्थे ही होनी हुंदी है, राइट। सो आई विश यू ऑल द बेस्ट फॉर फ्यूचर। थैंक यू जजेस, ते थैंक यू तुहाडे सारिया दा, तुहाडे दोहां नूं थैंक यू, शैली जी ते नैनी जी। साडे अगले राउंड दे लई मैं चाहुंदी हां तुसीं होर तैयारी करो, ते इसी तरह होर वधिया जिहड़े डिशेज आ लै के आओ। ते सिमरन ते नाले नाल वीरेंद्र, तुहाडा बहुत बहुत शुक्रिया, हजे तक बहुत वधिया डिशेज, बहुत सारी जिहड़े आपां कह सकदे स्वाद असीं तुहाडी थाली तो तुहाडे फूड तो लैते हैं। असीं आस करदे हां कि तुहानूं इस प्लेटफॉर्म तो कुछ ना कुछ सीखण नूं मिलिया होवेगा, जो तुहाडी लाइफ टाइम तुहानूं काम आवेगा। थैंक यू सो मच। क्वार्टरफाइनल राउंड का सफर प्रतपाल दे नाल तुसीं इंजॉय कीता, किचन दे विच बहुत ज़्यादा कमसान सी इस चीज़ नूं जानन दे लई कि खास तौर ते जिहड़ी अज दी साडी डिश है ओह केहड़ी होएगी बेस्ट। वैल हुण असीं तुहानूं मिलांगे सैमीफाइनल राउंड दे विच, ते इह जरूर कहूंगी इक बार फिर कि तुसीं किते नहीं जाना, क्योंकि इही है ओह टिकाणा जिथे तुहानूं मिलेगा हैल्दी ते टेस्टी खाना। सो मिलदे हां जी अगले हफ्ते साडे सैमीफाइनल राउंड दे नाल। फिलहाल इह जरूर कहूंगी अपना फीडबैक सानूं साडे फेसबुक
ਤੇ YouTube ਚੈਨਲ ਤੇ ਦੇਣਾ ਬਿਲਕੁਲ ਵੀ ਨਾ ਭੁੱਲਣਾ, ਬਿਕੋਜ਼ ਤੁਹਾਡੇ ਰਿਵਰਟਸ, ਤੁਹਾਡਾ ਫੀਡਬੈਕ ਸਾਡੇ ਲਈ ਉਨਾ ਹੀ ਜ਼ਿਆਦਾ ਇੰਪੋਰਟੈਂਟ ਹੈ ਜਿੰਨੀਆਂ ਸਾਡੇ ਸਾਰਿਆਂ ਦੇ ਲਈ ਇਸ ਸ਼ੋਅ ਦੀਆਂ ਡਿਸੀਜ਼ ਇੰਪੋਰਟੈਂਟ ਨੇ। ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਆਪਾਂ ਅਗਲੇ ਹਫ਼ਤੇ। ਚੇਨਈ ਚਾਹੇ ਜਲੰਧਰੋਂ, ਗੁਜਰਾਤੀ ਚਾਹ ਪਾਰ ਸਮੁੰਦਰੋਂ, ਆਏ ਸਭ ਕਿਸਮਤ ਅਜਮਾਵਣ, ਲੈ ਕੇ ਸਵਾਦ ਨਵਾਬੀ।